सब्सक्राइब करो चैदिकला टाइम टीवी नू ते लेटेस्ट अपडेट पाउन ले प्रेस करो बेल आइकन। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, 15 ਨਵੰਬਰ 2009 ਬਿਹਾਰ ਦੇ ਵਿੱਚੋਂ ਇੱਕ ਸਟੇਟ ਨਿਕਲੀ ਸੀ ਜਿਸ ਨੂੰ ਝਾਰਖੰਡ ਕਿਹਾ ਜਾਂਦਾ। 19 ਵਰ੍ਹਿਆਂ ਦੀ ਸਟੇਟ ਹੈ ਅਤੇ ਪਿਛਲੇ 5 ਵਰ੍ਹੇ ਇੱਥੇ ਭਾਜਪਾ ਦਾ ਰਾਜ ਸੀ। ਰਘੂਵਰ ਦਾਸ ਭਾਜਪਾ ਵੱਲੋਂ ਮੁੱਖ ਮੰਤਰੀ ਸੀ, ਲੇਕਿਨ ਜੋ ਕੁਝ ਉਸਦੇ ਰਾਜ ਵਿੱਚ ਹੋਇਆ ਉੱਥੋਂ ਦੇ ਆਦਿਵਾਸੀਆਂ ਨੂੰ ਰਾਸ ਨਹੀਂ ਆਇਆ ਅਤੇ ਆਦਿਵਾਸੀਆਂ ਦਾ ਜਿਹੜਾ ਲੀਡਰ ਹੈ ਸੁੱਬੀ ਸਰੀਨ, ਜਿਸ ਤਰ੍ਹਾਂ ਦੇ ਉਸਨੇ ਗਰਾਊਂਡ ਬਣਾਈ, ਹੁਣ ਉਸਦਾ ਪੁੱਤਰ ਜਿਹੜਾ ਹਿੰਮਤ ਸਰੀਨ ਉਸ ਨੂੰ ਅੱਗੇ ਤੋਰ ਰਿਹਾ ਸੀ। ਸੋ ਪਹਿਲੀ ਵਾਰ ਦੇਖਿਆ ਕਿ ਲਗਾਤਾਰ 5 ਸਾਲਾਂ 'ਚ ਜਿਸ ਕਿਸਮ ਦੀ ਟੱਸਲ ਦੇਖਣ ਨੂੰ ਮਿਲੀ ਉਹਦਾ ਨਤੀਜਾ ਨਿਕਲ ਰਿਹਾ, ਹੁਣ ਰਿਜ਼ਲਟ ਆ ਰਹੇ ਨੇ, ਟਰੈਂਡ ਸਾਫ਼ ਹੈ। ਕੁਛ ਰਿਜ਼ਲਟ ਆਏ ਨੇ ਜਿਨ੍ਹਾਂ 'ਚ ਜੇ ਮੈਂ ਤੁਹਾਨੂੰ ਰਿਜ਼ਲਟ ਦੱਸਾਂ ਝਾਰਖੰਡ ਅਸੈਂਬਲੀ ਦੇ, ਹੁਣ ਤੱਕ ਦੇ ਜਿਹੜੀ ਜਿਸ ਨੂੰ ਮੁਕਤੀ ਮੋਰਚਾ ਕਹਿੰਦੇ ਹਨ, ਝਾਰਖੰਡ ਮੁਕਤੀ ਮੋਰਚਾ JMM, ਉਸਦੇ ਵਿੱਚ ਉਹ 30 ਸੀਟਾਂ 'ਤੇ ਜਿਹੜਾ ਅੱਗੇ ਹੈ, 7 ਜਿੱਤ ਚੁੱਕਿਆ ਅਤੇ ਬਾਕੀ 23 'ਤੇ ਉਸਦੀ ਲੀਡ ਹੈ। ਅਤੇ BJP ਜਿਹੜੀ ਰਾਜ ਕਰ ਰਹੀ ਸੀ ਉਹ 25 ਸੀਟਾਂ 'ਤੇ ਅੱਗੇ ਚੱਲ ਰਹੀ ਹੈ, 6 ਜਿਹੜੇ ਡਿਕਲੇਅਰ ਹੋਏ ਨੇ, 19 ਸਮਝੋ ਹੁਣ ਉਹ ਲੀਡ ਕਰ ਰਹੀ ਹੈ। ਅਤੇ ਚੰਗੀ ਗੱਲ ਇਹ ਹੈ ਕਿ ਕਾਂਗਰਸ ਨੂੰ ਵੀ ਹੁਣ ਸਾਹ ਮਿਲਣਾ ਸ਼ੁਰੂ ਹੋ ਗਿਆ। ਕਾਂਗਰਸ ਜਿਹੜੀ ਹੈ ਭਾਵੇਂ ਇਹ ਨੰਬਰ 2 ਦੀ ਪਾਰਟਨਰ ਹੈ ਮੁਕਤੀ ਮੋਰਚੇ ਦੇ ਨਾਲ, ਲੇਕਿਨ ਕਾਂਗਰਸ ਇਹਨੂੰ ਆਪਣੀ ਵੱਡੀ ਜਿੱਤ ਸਮਝਦੀ ਹੈ। 15 ਸੀਟਾਂ ਉਸਨੂੰ ਮਿਲਣ ਜਾ ਰਹੀਆਂ ਨੇ, 3 ਡਿਕਲੇਅਰ ਹੋਈਆਂ ਨੇ, 12 'ਤੇ ਉਹਦੀ ਲੀਡ ਹੈ। ਸੋ ਇਸ ਤਰੀਕੇ ਨਾਲ ਇਹ ਜਿਹੜਾ ਮੁਕਤੀ ਮੋਰਚਾ ਹੈ ਇਸਨੇ ਇਉਂ ਕਹਿ ਸਕਦੇ ਹਾਂ ਕਿ ਝਾਰਖੰਡ ਦੇ ਵਿੱਚ ਜਿਹੜਾ ਵਿਜੇ ਰੱਥ ਸੀ ਭਾਰਤੀ ਜਨਤਾ ਪਾਰਟੀ ਦਾ ਉਸਨੂੰ ਰੋਕ ਦਿੱਤਾ। ਔਰ ਜਿਹੜੀ ਕਾਂਗਰਸ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਕਿਸੇ ਸਮੇਂ ਵਾਰ ਵਾਰ ਇਹ ਕਹਿੰਦੀ ਸੀ, ਮੋਦੀ ਸਾਹਿਬ ਆਪਣੇ ਭਾਸ਼ਣਾਂ 'ਚ ਕਹਿੰਦੇ ਸੀ ਕਿ ਅਸੀਂ ਅਗਲੇ 5-7 ਵਰ੍ਹਿਆਂ 'ਚ ਇਸ ਦੇਸ਼ ਨੂੰ ਕਾਂਗਰਸ ਮੁਕਤ ਕਰ ਦੇਣਾ, ਉਹ ਹੁਣ ਹੌਲੀ ਹੌਲੀ ਆਪ ਪਿੱਛੇ ਨੂੰ ਜਾ ਰਹੇ ਨੇ, ਦੇਸ਼ ਉਹਨਾਂ ਤੋਂ ਮੁਕਤ ਹੋ ਰਿਹਾ। ਕਿਸੇ ਸਮੇਂ ਉਹ 71% ਦੇਸ਼ 'ਤੇ ਰਾਜ ਕਰ ਰਹੇ ਸੀ, ਅੱਜ ਉਹ 35% 35% 'ਤੇ ਰਾਜ ਕਰ ਰਹੇ ਨੇ। ਔਰ ਤੁਸੀਂ ਦੇਖਿਆ ਪਿਛਲੀ ਇਲੈਕਸ਼ਨ ਰਾਜਸਥਾਨ ਉਹਨਾਂ ਦੇ ਇੱਥੋਂ ਗਿਆ, ਮੱਧ ਪ੍ਰਦੇਸ਼ 2 ਤਾਂ ਵੱਡੀਆਂ ਸਟੇਟ ਗਈਆਂ, ਹਰਿਆਣਾ ਵੀ ਗਈ ਵਰਗੀ ਹੈ, ਕਿਸੇ ਦੇ ਸਿਰ 'ਤੇ ਚੱਲ ਰਹੇ ਨੇ, ਔਰ ਮਹਾਰਾਸ਼ਟਰਾ 'ਚ ਵੀ ਇਹੀ ਹਾਲ ਹੋਇਆ, ਹੁਣ ਝਾਰਖੰਡ ਦੇ ਵਿੱਚ। ਇਸ ਨਾਲ ਅਪੋਜੀਸ਼ਨ ਜਿਹੜੀ ਹੈ ਉਹ ਕਾਫੀ ਸਟਰੋਂਗ ਹੋਏਗੀ, ਇਹ ਦੇਖਣ ਵਾਲੀ ਗੱਲ ਹੈ। ਅਪੋਜੀਸ਼ਨ ਮੀਨਸ ਕਾਂਗਰਸ, ਪਰ ਦੂਜੇ ਪਾਸੇ ਜਿਹੜੀ ਗੱਲ ਹੈ ਹਿੰਦੁਸਤਾਨ ਦੇ ਲੋਕਾਂ ਦੇ ਫਾਇਦੇ ਵਾਲੀ ਗੱਲ ਹੈ ਕਿ ਜਿਹੜੇ ਲੋਕਲ ਮੁੱਦੇ ਨੇ ਉਹਨਾਂ ਨੂੰ ਲੈ ਕੇ ਜਦੋਂ ਸਟੇਟ ਸਰਕਾਰ ਬਣਦੀ ਹੈ ਤਾਂ ਲੋਕਾਂ ਦਾ ਉਹਦੇ 'ਚ ਫਾਇਦਾ ਹੁੰਦਾ। ਹੁਣ ਅਸੀਂ ਲਗਾਤਾਰ ਦੇਖ ਰਹੇ ਹਾਂ ਇਹ ਟਰੈਂਡ ਕਿ ਜਿਹੜੀ ਸੈਂਟਰ 'ਚ ਜਦੋਂ ਸਰਕਾਰ ਬਣਦੀ ਹੈ ਉਦੋਂ ਲੋਕ ਹੋਰ ਇਸ਼ੂਸ ਆਪਣੇ ਸਾਹਮਣੇ ਰੱਖਦੇ ਨੇ। ਪਹਿਲਾਂ ਆਪਾਂ ਦਿੱਲੀ 'ਚ ਵੀ ਦੇਖੇ, ਦਿੱਲੀ ਦੇ ਵਿੱਚ ਜਿਸ ਤਰ੍ਹਾਂ ਹੋਇਆ ਉੱਥੇ ਤਾਂ ਅਸੈਂਬਲੀ ਦੇ ਵਿੱਚ ਸਿਰਫ 3 ਸੀਟਾਂ ਆਪੋਜੀਸ਼ਨ ਨੂੰ ਮਿਲੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ, ਕਾਂਗਰਸ ਦਾ ਟੋਟਲੀ ਸਫਾਇਆ ਹੋ ਗਿਆ, 67 ਜਿਹੜੀਆਂ ਸੀਟਾਂ ਲੈ ਗਿਆ ਸੀ ਕੇਜਰੀਵਾਲ। ਹੁਣ ਇੱਧਰ ਵੀ ਸਾਰੇ ਸਟੇਟ 'ਚ ਇਸੇ ਕਿਸਮ ਦਾ ਟ੍ਰੈਂਡ ਜਿਹੜਾ ਦੇਖਣ ਨੂੰ ਮਿਲ ਰਿਹਾ, ਲੋਕਲ ਇਸ਼ੂਜ਼ ਸਟੇਟ 'ਤੇ ਭਾਰੂ ਹੋ ਰਹੇ ਨੇ। ਸੋ ਇਹ ਸਾਰੇ ਹਾਲਾਤ ਦੇ ਵਿੱਚ ਕਿਸ ਤਰ੍ਹਾਂ ਝਾਰਖੰਡ ਤੋਂ ਬਾਅਦ ਲੱਗ ਰਿਹਾ ਜਿਹਦੇ ਪੰਜਾਬ 'ਚੋਂ ਜਿੱਤਣਾ ਚਾਹੁੰਦੀ ਹੈ ਜਾਂ ਹੋਰ ਸਟੇਟਸ ਦੇ ਵਿੱਚ 2022 'ਚ ਜਿੱਥੇ ਇਲੈਕਸ਼ਨ ਹੋਣੇ ਨੇ ਉੱਥੇ ਕਿਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲ ਸਕਦਾ, ਇਹ 'ਤੇ ਆਪਾਂ ਚਰਚਾ ਕਰਨੀ ਹੈ। ਚਰਚਾ ਕਰ ਲਿਆ ਸਾਡੇ ਸਟੂਡੀਓ ਦੇ ਵਿੱਚ ਸਾਹ ਗੁਰਦੀਪ ਸਿੰਘ ਆਏ ਨੇ, ਤੁਸੀਂ ਲਗਾਤਾਰ ਇਹਨਾਂ ਨੂੰ ਦੇਖਦੇ ਹੋ ਸਾਡੇ ਇਸ ਪ੍ਰੋਗਰਾਮ ਵਿੱਚ। ਪੰਜਾਬ ਪੁਲਿਸ ਤੋਂ ਰਿਟਾਇਰਡ ਆਫਿਸਰ ਨੇ, SSP ਰਹੇ ਨੇ ਅੰਮ੍ਰਿਤਸਰ, ਤਰਨ ਤਾਰਨ ਸਾਹਿਬ AIG ਰਿਟਾਇਰ ਹੋਏ ਨੇ। ਨਾਲ ਸਾਡੇ ਡਾਕਟਰ ਕਰਮਜੀਤ ਸਿੰਘ ਸਿੱਧੂ ਸਾਹਿਬ ਨੇ, ਸਿੱਧੂ ਸਾਹਿਬ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰ ਰਹੇ ਨੇ, ਪ੍ਰੋਫੈਸਰ ਰਹੇ ਨੇ ਡਿਫੈਂਸ ਸਟੱਡੀ ਦੇ। ਤੁਹਾਡਾ ਸਵਾਗਤ ਜੀ ਇਸ ਪ੍ਰੋਗਰਾਮ ਜੀ। ਸਾਹ ਗੁਰਦੀਪ ਸਿੰਘ ਜੀ, ਕਿਵੇਂ ਦੇਖਦੇ ਹੋ ਭਾਰਤੀ ਜਨਤਾ ਪਾਰਟੀ ਜਿਹੜੀ ਹੁਣ ਲਗਾਤਾਰ ਬੋਲ ਤਾਂ ਉੱਚੇ ਬੋਲ ਰਹੀ ਸੀ ਪਰ ਲੋਕ ਉਹਨੂੰ ਹੋਰ ਰਸਤਾ ਦਿਖਾ ਰਹੇ ਨੇ, ਲੱਗ ਕਿਵੇਂ ਰਿਹਾ? ਦੇਖੋ, ਜਿੱਥੇ ਤੁਸੀਂ ਦੱਸਿਆ ਪਹਿਲਾਂ ਕਿ ਕਾਂਗਰਸ ਨੂੰ ਸਮਝਦੇ ਸੀ ਕਾਂਗਰਸ ਨੂੰ ਖਤਮ ਕਰਾਂਗੇ,
ਦੋ ਪਾਰਟੀ ਦਾ ਆਪਣੇ ਚੱਲ ਰਿਹਾ ਜੋ ਟ੍ਰੈਂਡ ਹੈ ਇਸ ਵੇਲੇ ਵੋਟਰਸ ਦਾ, ਯੂਪੀ ਐਂਡ ਐਨਡੀਏ, ਔਰ ਹਰਿਆਣਾ ਆਪਣੀ ਗੁਆਂਢੀ ਸਟੇਟ ਸੀ, ਉੱਥੇ ਵੀ ਕਹਿੰਦੇ ਸੀ 75 ਸੀਟਾਂ ਲੈ ਕੇ ਜਾਵਾਂਗੇ। ਝਾਰਖੰਡ ਵਿੱਚ ਉਹਨਾਂ ਨੇ ਕਲੇਮ ਕੀਤਾ 65 ਸੀਟਾਂ ਅਸੀਂ ਘੱਟੋ ਘੱਟ ਲੈ ਕੇ ਜਾਵਾਂਗੇ, ਪਰ ਉਹਨਾਂ ਨੂੰ ਹਾਰ ਦਾ ਮੂਡ ਦੇਖਣਾ ਪਿਆ। ਪਰ ਲੋਕਲ ਜੋ ਇਸ਼ੂਜ ਹੁੰਦੇ ਆ ਸਟੇਟ ਦੇ ਵਿੱਚ, ਲੋਕ ਜਿਹੜੇ ਵੋਟਰਸ ਆ ਉਹ ਜ਼ਿਆਦਾ ਜਿੰਨੀ ਕਿ ਇਨਫਲੂਐਂਸ ਹੁੰਦੇ ਉਸ ਵੋਟਰ ਇਸ਼ੂ ਵਿੱਚ, ਜਿਹੜੀ ਇਲੈਕਸ਼ਨ ਸਟੇਟ ਦੀ ਹੁੰਦੀ ਹੈ ਉਹਦੇ ਲੋਕਲ ਇਸ਼ੂਜ਼। ਤੁਸੀਂ ਆਪ ਹੀ ਦੱਸਿਆ ਹੈਗਾ ਕਿ ਜਿਹੜੇ ਆਦੀਵਾਸੀ ਸੀ ਝਾਰਖੰਡ ਦੇ, ਉਹਨਾਂ ਨੇ ਉਹਨਾਂ ਨੂੰ ਰਿਜੈਕਟ ਕੀਤਾ, ਜਿਹੜੀਆਂ ਪਹਿਲੀ ਗਵਰਨਮੈਂਟ ਦੀਆਂ ਪੋਲਿਸੀ ਸੀ। ਔਰ ਦੇਖਣ 'ਚ ਆਪਣੇ ਪਿੱਛੇ ਜੋ ਆਪਾਂ ਦੇਖਦੇ ਹਾਂ ਜਿਹੜੀ ਐਂਟੀ ਇਨਕੰਬੈਂਸੀ ਵੋਟ ਹੈ ਉਹ ਜ਼ਿਆਦਾ ਪੈਂਦੀ ਹੈ। ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ ਨੈਸ਼ਨਲ ਇਸ਼ੂ ਆ ਜਾਂਦੇ ਹੈਗੇ, ਇੰਟਰਨੈਸ਼ਨਲ ਇਸ਼ੂ ਆ ਜਾਂਦੇ ਹੈਗੇ, ਉੱਥੇ ਵੋਟ ਦਾ ਟ੍ਰੈਂਡ ਹੋਰ ਹੋ ਜਾਂਦਾ ਹੈਗਾ। ਹੁਣ ਜਿਹੜੀ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦਾ ਇੰਟਾਇਰਲੀ ਡਿਫਰੈਂਟ ਹੈ। ਅਕਾਲੀ ਐਂਡ ਬੀਜੇਪੀ ਦਾ ਲਾਇੰਸ ਹੁੰਦਾ ਸੀਗਾ, ਔਰ ਜਿਹੜੇ ਬੀਜੇਪੀ ਨੂੰ ਫਾਇਦਾ ਹੁੰਦਾ ਜ਼ਿਆਦਾ, 23 ਸੀਟਾਂ ਉੱਪਰ ਜਿੱਤਦੇ ਹੈਗੇ ਆ, ਉਹ ਅਕਾਲੀ ਡੋਮੀਨੇਟਡ ਏਰੀਆ ਜਿਹੜਾ ਉਹ ਜ਼ਿਆਦਾ ਹੈ। ਜੇ ਆਪਾਂ ਗੁਰਦਾਸਪੁਰ ਵਾਲੇ ਪਾਸੇ ਦੇਖਦੇ ਹਾਂ, ਦੀਨਾਨਗਰ ਤੋਂ ਉੱਪਰ ਵਾਲੀਆਂ ਜਿਹੜੀ ਸੀਟਸ 4 ਹੈਗੀਆਂ ਉਹਨਾਂ ਦੀ ਹੋ ਗਈਆਂ, ਪਲੱਸ ਅੰਮ੍ਰਿਤਸਰ ਦੀਆਂ 5 ਸੀਟਾਂ, ਉਹਦੇ 5 ਸੀਟਾਂ ਦੇ ਵਿੱਚ ਵੀ ਦੋ ਜਿਹੜੀਆਂ ਸਿੱਖ ਡੋਮੀਨੇਟਡ ਸੀਟਸ ਹੈਗੀਆਂ, ਅੰਮ੍ਰਿਤਸਰ ਈਸਟ ਐਂਡ ਅੰਮ੍ਰਿਤਸਰ ਜਿਹੜਾ ਸਾਊਥ ਹੈ। ਇਸ ਤਰ੍ਹਾਂ ਜਲੰਧਰ 'ਚ ਤੁਸੀਂ ਦੇਖੋਗੇ ਜਿਹੜਾ ਜਲੰਧਰ ਹੈ ਉਹ ਵੀ ਰੂਰਲ ਏਰੀਆ ਪੈ ਜਾਂਦਾ, ਸਿਟੀ ਦੀ ਵੋਟ ਹੈਗੀ ਹੈ। ਜਿਹੜੀਆਂ ਬਾਕੀਆਂ ਉਹਦੀਆਂ ਆਪਣੇ 4 ਸੀਟਸ ਹੈਗੀਆਂ ਜਲੰਧਰ ਦੀਆਂ, ਉਹਦੇ ਜ਼ਰੂਰ ਹਿੰਦੂ ਡੋਮੀਨੇਟਡ ਹੈਗੀਆਂ। ਇਸੇ ਤਰ੍ਹਾਂ ਲੁਧਿਆਣਾ ਜਿਹੜਾ ਹੈ ਜੀ, ਹਾਂਜੀ, ਮੈਂ ਤਾਂ ਸਵਾਲ ਸਿਰਫ ਇਹ ਕਰਨ ਲੱਗਿਆ ਸੀ ਕਿ ਕਿਤੇ ਉਹ ਪੰਜਾਬ 'ਚ ਇਕੱਲੇ ਜਿੱਤਣ ਨੂੰ ਫਿਰਦੇ ਸੀ, 50 ਸੀਟਾਂ ਕਲੇਮ ਕਰਦੇ ਸੀ, ਕਰਦੇ ਸੀ 50 ਸੀਟਾਂ। ਇਸ ਤਰ੍ਹਾਂ ਦੇ ਹਾਲਾਤ ਨੇ, ਮੈਨੂੰ ਨਹੀਂ ਲੱਗਦਾ ਉਹਨਾਂ ਦੇ ਹੌਸਲੇ ਉਹਨੇ ਬੁਲੰਦ ਹੋਣੇ ਨੇ। ਪਰ ਇੱਕ ਸਵਾਲ ਡਾਕਟਰ ਕਰਮਜੀਤ, ਤੁਹਾਨੂੰ ਨਹੀਂ ਲੱਗ ਰਿਹਾ ਕਿ ਜਦੋਂ ਕੋਈ ਜਿੱਤਦਾ ਉਹ ਖਾਸ ਤੌਰ 'ਤੇ ਭਾਰਤੀ ਜਨਤਾ ਪਾਰਟੀ 'ਤੇ, ਅਸੀਂ ਇਹ ਕਹਿੰਦੇ ਹਾਂ ਜੀ, ਅਸੀਂ ਮੀਨਸ ਕਿ ਉਹਨਾਂ ਦੇ ਫੋਲੋਅਰਸ, ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਹੈ ਇਹ ਜਿੱਤ ਮੋਦੀ ਸਾਹਿਬ ਦੀ ਜਿੱਤ ਹੈ, ਇਹ ਜੇ ਜਿੱਤ ਜਾਂਦੇ ਉਹਨਾਂ ਨੇ ਕਹਿਣਾ ਸੀ ਇਹ ਜਿੱਤ ਜਿਹੜਾ ਨਾਗਰਿਕਤਾ ਕਾਨੂੰਨ ਦੇ ਸੋਧ ਦੀ ਜਿੱਤ ਹੈ, ਇਹ ਜਿੱਤ 3 ਤਲਾਕ ਦੀ ਜਿੱਤ ਹੈ, ਅਤੇ ਜਦੋਂ ਹੁਣ ਹਾਰੇ ਨੇ ਹੁਣ ਉਹ ਲੋਕਲ ਇਸ਼ੂਜ਼ 'ਤੇ ਵੀ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਉਹਦੀਆਂ ਪੋਲਿਸੀ 'ਤੇ, ਇਹ ਕੀ ਟ੍ਰੈਂਡ ਹੈ ਵਾਲੀਆ ਸਾਹਿਬ? ਮੇਰਾ ਖਿਆਲ ਹੈ ਜਿਹੜੀ ਗੱਲ ਸਰਦਾਰ ਗੁਰਦੀਪ ਸਿੰਘ ਕਹਿ ਰਹੇ ਨੇ ਕਿ ਲੋਕਲ ਮੁੱਦੇ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਅਸੈਂਬਲੀ ਦੀਆਂ ਚੋਣਾਂ 'ਚ, ਪਰ ਬੇਸ ਜਿਹੜਾ ਆ ਉਹ ਲਗਾਤਾਰ ਉਹਦੀ ਕੰਟੀਨਿਊਟੀ 'ਚ ਬਣਦਾ ਰਹਿੰਦਾ ਹੈ। ਲੋਕਾਂ ਦੇ ਮਨਾਂ 'ਚ ਮੋਹ ਜਾਂ ਉਹਨਾਂ ਦੀ ਨਫ਼ਰਤ ਜਾਂ ਇਹ ਸਮਝ ਲਓ ਵੀ ਐਂਟੀ, ਉਹ ਜਿਹੜੇ ਫੀਲਿੰਗਸ ਨੇ ਉਹ ਲਗਾਤਾਰ ਕ੍ਰੀਏਟ ਹੁੰਦੇ ਰਹਿੰਦੇ ਨੇ, ਦੱਬਦੇ ਰਹਿੰਦੇ ਨੇ, ਦੂਸਰਿਆਂ ਦੇ ਹੱਕ 'ਚ ਜਾਂਦੇ ਨੇ, ਦੂਸਰਿਆਂ ਦੇ ਹੱਕ 'ਚ ਉਹਨਾਂ ਦੇ ਵਿਰੁੱਧ 'ਚ ਹੋ ਜਾਂਦੇ ਨੇ। ਬੀਜੇਪੀ ਦੀ ਪ੍ਰੋਬਲਮ ਜਿਹੜੀ ਹੈ ਉਹ ਮੇਰਾ ਖਿਆਲ ਇਹ ਹੈ ਕਿ ਬੀਜੇਪੀ ਹੈਜ਼ ਫੇਲਡ ਟੂ ਐਨਾਲਾਈਜ਼ ਦਾ ਹਿਸਟਰੀ। ਜਿਹੜੀ ਇੰਡੀਆ ਦੀ ਹਿਸਟਰੀ ਹੈ, ਇਹ ਇੱਕ ਸੈਕੂਲਰ ਸਟੇਟ ਹੈ, ਈਵਨ ਮੁਸਲਮਾਨਾਂ ਦੇ ਰਾਜ ਵੇਲੇ ਵੀ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ, ਐਕਸੈਪਟ ਫਾਰ ਵੈਰੀ ਸ਼ੋਰਟ ਟਾਈਮ, ਜਦੋਂ ਫਨੈਟਿਕ ਔਰੰਗਜ਼ੇਬ ਦੀ ਉਹ ਗੱਲ ਅਸੀਂ ਕਰਦੇ ਹਾਂ, ਅਦਰਵਾਈਜ਼ ਪੂਰੀ ਜਿਹੜੀ ਹਿਸਟਰੀ ਹੈ ਕਿੰਨੀਆਂ ਸਦੀਆਂ ਰਹੇ ਨੇ ਮੁਗਲ ਵੀ, ਤਾਂ ਵੀ ਕੋਈ ਪ੍ਰੋਬਲਮ ਨਹੀਂ ਆਈ। ਜੀ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਪੋਲਿਸੀ ਅਡੋਪਟ ਕੀਤੀ, ਉਹ ਕੁਛ ਹੱਦ ਤੱਕ ਹੋਈ, ਪਰ ਉਸ ਤੋਂ ਬਾਅਦ ਜਦੋਂ ਜਦੋਂ ਉਹਨਾਂ ਨੇ ਜਿਹੜੇ ਇੰਡੀਅਨ ਫੋਰਸਿਸ ਬਾਹਰ ਯੂਜ਼ ਕਰਨੀਆਂ ਸ਼ੁਰੂ ਕਰਤੀਆਂ ਅਤੇ ਬਾਹਰੋਂ ਉਹ ਡੈਮੋਕ੍ਰੇਸੀ ਦੀਆਂ ਫੀਲਿੰਗਸ ਨਾਲ ਲੈ ਕੇ, ਜਿਹੜੀ ਪ੍ਰੋਬਲਮ ਮੋਦੀ ਦੀ ਆ ਰਹੀ ਹੈ ਪ੍ਰਾਈਮ ਮਿਨਿਸਟਰ ਸਾਹਿਬ ਦੀ, ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਉਹਨਾਂ ਨੇ ਹਿਸਟਰੀ ਕਦੇ ਪੜ੍ਹੀ ਨਹੀਂ, ਉਹ ਹਿਸਟਰੀ ਨੂੰ ਵੀ ਆਪਦੀ ਮਰਜ਼ੀ ਨਾਲ ਹੀ ਜੋ ਜੀ ਕਰਦਾ ਬੋਲ ਦਿੰਦੇ ਨੇ, ਕਈ ਕਈ ਗਲਤੀਆਂ ਉਹ ਕਈ ਪੁੱਠੀਆਂ ਗੱਲਾਂ ਕਹਿੰਦੇ ਨੇ ਜਿਹੜੀਆਂ ਉਹਨੂੰ, ਇਹ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੀ ਬੀਜੇਪੀ ਨੇ ਵਿਅਕਤੀ ਵਿਸ਼ੇਸ਼ ਵਾਲੀ ਗੱਲ ਚਲਾ ਲਈ ਕਿ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਕਰਕੇ ਜਿੱਤ ਹੈ, ਮੋਦੀ ਕਰਕੇ ਆ ਹੈ, ਮੋਦੀ ਕਰਕੇ ਆ ਹੈ, ਉਹਨੇ ਇੱਕ ਬੇਸ ਬਣਾ ਦਿੱਤਾ ਕਿ ਨਹੀਂ ਇੱਥੇ ਚੱਲਦਾ ਨਹੀਂ ਕੰਮ, ਉੱਥੇ ਨਹੀਂ ਚੱਲਣਾ, ਉੱਥੇ ਰਾਸ਼ਟਰਵਾਦ ਚਲਾਉਣ ਦੀ ਕੋਸ਼ਿਸ਼ ਕੀਤੀ ਵਾਲੀ ਸਾਹਿਬ, ਕਿਤੇ ਵੀ ਨਹੀਂ ਚੱਲਣਾ, ਇਹ ਕਿਤੇ ਵੀ ਨਹੀਂ ਚੱਲਣਾ, ਥੋੜ੍ਹੀ ਦੇਰ ਦਾ ਹੁੰਦਾ ਇਹ ਨਸ਼ਾ, ਉਦੋਂ ਬਾਅਦ ਇਹ ਜਿਹੜੀ ਗੱਲ ਹੈ ਟੁੱਟ ਜਾਂਦੀ ਹੈ, ਕਿਉਂਕਿ ਲੋਕ ਬੇਸਿਕਲੀ ਜਿਹੜਾ ਸੈਕੂਲਰ ਮਾਈਂਡ ਹੈ, ਤੁਸੀਂ ਹੁਣ ਆਪਾਂ ਦੇਖ ਹੀ ਰਹੇ ਹਾਂ, ਹੁਣ ਹੁੰਦਾ ਕੀ ਹੈ, ਜਿਹੜੀਆਂ ਪ੍ਰੋਬਲਮ ਆਈਆਂ ਨੇ ਉਹ ਮੋਦੀ ਨੇ ਕੀ ਕੀਤਾ, ਮੋਦੀ ਨੇ ਮੁਸਲਮਾਨ ਇਕੱਠੇ ਕਰਤੇ, ਅੱਡ ਅੱਡ ਸ਼ੇਡ ਵਾਲੇ ਮੁਸਲਮਾਨ ਇਕੱਠੇ ਕਰਤੇ, ਬਿਲਕੁਲ ਹਿੰਦੂ ਜਿਹੜੇ ਨੇ ਉਹ ਹਿੰਦੂਆਂ ਵਾਸਤੇ ਜ਼ਿਆਦਾ ਖਤਰਾ ਪੈਦਾ ਹੋ ਗਿਆ, ਜਿਹੜਾ ਮੈਂ ਇੱਕ ਟੀਵੀ 'ਤੇ ਵੀ ਸੁਣ ਰਿਹਾ ਸੀਗਾ ਅਤੇ ਮੇਰਾ ਖਿਆਲ ਹੈ ਉਹ ਗੱਲ ਠੀਕ ਕਹਿ ਰਿਹਾ ਸੀਗਾ ਕਿ ਹੁਣ ਜ਼ਿਆਦਾ ਖਤਰਾ ਜਿਹੜਾ ਹੈ ਉਹ ਹਿੰਦੂਆਂ ਨੂੰ ਹੋ ਗਿਆ, ਜੇ ਹਿੰਦੂ ਆਪਣੇ ਸੁਰੱਖਿਆ ਵਾਸਤੇ ਔਖੇ ਹੋਣਗੇ ਉਹਨਾਂ ਨੂੰ ਇਸ ਕੰਟੀਨਿਊਟੀ ਦੇ ਵਿੱਚ ਚਲਾਉਣਾ ਔਖਾ ਹੋ ਜਾਊਗਾ। ਔਰ ਉਸ ਜਿਹੜਾ ਵਿਅਕਤੀ ਵਿਸ਼ੇਸ਼ ਵਾਲਾ ਨਸ਼ਾ ਹੈ, ਪਾਵਰ ਕਰਪਟਸ ਦਾ ਮੈਨ ਐਂਡ ਐਬਸੋਲਿਊਟ ਪਾਵਰ ਕਰਪਟਸ ਐਬਸੋਲਿਊਟਲੀ, ਤਾਂ ਉਹ ਗੱਲ ਬਿਲਕੁਲ ਸਹੀ ਹੋ ਰਹੀ ਹੈ, ਉਹ ਆਪਣੀਆਂ ਮਨ ਮਰਜ਼ੀਆਂ 'ਤੇ ਆ ਗਏ ਆ।
ਜਿਹੜੀ ਕਿਉਂਕਿ ਉਹਨਾਂ ਕੋਲ ਐਬਸੋਲਿਊਟ ਮੈਜੋਰਿਟੀ ਹੈ, ਐਬਸੋਲਿਊਟ ਮੈਜੋਰਿਟੀ ਕਰਕੇ ਕਈ ਕੰਟਰੋਵਰਸੀਜ਼ ਪੈਦਾ ਹੋਈਆਂ, ਕਈ ਕੰਟਰੋਵਰਸ਼ੀਅਲ ਕਾਨੂੰਨ ਉਹਨਾਂ ਨੇ ਬਣਾਏ ਆ ਜਿਨ੍ਹਾਂ 'ਤੇ ਅੱਜ ਵੀ ਵਿਰੋਧ ਹੋ ਰਿਹਾ। ਮੈਂ ਇੱਕ ਚੀਜ਼ ਇਹ ਦੇਖ ਰਿਹਾ ਕਿ ਯੂਨੀਵਰਸਿਟੀਆਂ ਦੇ ਵਿੱਚ ਖਾਸ ਤੌਰ 'ਤੇ ਇਹਨਾਂ ਨੇ ਜਿਹੜੀਆਂ ਮੁਸਲਿਮ ਡੋਮੀਨੇਟਡ ਯੂਨੀਵਰਸਿਟੀਜ਼ ਨੇ ਉੱਥੇ ਜਿਹੜੇ ਤਰੀਕੇ ਨਾਲ ਇਹਨਾਂ ਨੇ ਪ੍ਰੋਬਲਮ ਨੂੰ ਹੈਂਡਲ ਕੀਤਾ ਹੈ, ਉਹ ਮੇਰੇ ਖਿਆਲ ਹੈ ਉਹਦੇ ਵਿੱਚੋਂ ਕਿਤੇ ਵੀ ਉਹ ਕਾਮਯਾਬ ਨਹੀਂ ਹੋ ਸਕਦਾ। ਡਾਕਟਰ ਸਿੱਧੂ ਹੈਂਡਲ ਤਾਂ ਉਹਨਾਂ ਨੇ ਕੀਤਾ, ਇਹਨਾਂ ਨੂੰ ਤਾਂ ਕੁੱਟੇ ਨੇ ਬੰਦੇ, ਕੁੱਟਣ ਦੇ ਬਹਾਨੇ ਲੱਭੇ ਨੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਇਹ ਜਿਹੜੀ ਚਰਚਾ ਜਾਰੀ ਰੱਖਾਂਗੇ। ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹ ਦੱਸ ਰਿਹਾ ਕਿ ਜੇ ਤੁਸੀਂ ਵੀ ਸਾਡੇ ਨਾਲ ਸ਼ਾਮਿਲ ਹੋਣਾ ਚਾਹੁੰਦੇ, ਜੇ ਕੋਈ ਤੁਹਾਡੇ ਮਨ 'ਚ ਸਵਾਲ ਹੈ ਤਾਂ 01775065 9 'ਤੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਗੱਲ ਕਰ ਸਕਦੇ ਹੋ। 01755506149 'ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਸਿੱਧੂ ਸਾਹਿਬ, ਜਿਹੜੀ ਗੱਲ ਆਪਾਂ ਕਰ ਰਹੇ ਸੀ, ਮਤਲਬ ਹੁਣ ਲੱਗ ਹੀ ਰਿਹਾ ਜਿਵੇਂ ਝਾਰਖੰਡ ਦਾ ਜਿਹੜਾ ਇਸ਼ਾਰਾ ਹੈ, ਝਾਰਖੰਡ 'ਚ ਇਹ ਸਾਫ਼ ਹੋ ਗਏ, ਮਹਾਰਾਸ਼ਟਰ 'ਚ ਇਹਨਾਂ ਦੀ ਕਹਿ ਸਕਦੇ ਹਾਂ ਭਾਰਤੀ ਜਨਤਾ ਪਾਰਟੀ ਨੇ ਜੋ ਕੁਛ ਮਹਾਰਾਸ਼ਟਰ 'ਚ ਕੀਤਾ ਉਹਦੇ 'ਚ ਕੋਈ ਵੈਲਿਊ ਨਹੀਂ, ਕੁਛ ਨਹੀਂ। ਜਿਹੜੇ ਕਹਿੰਦੇ ਸੀ ਇਹ ਫੋਰਸ ਬੜੀ ਵਧੀਆ ਨਾਗਪੁਰ ਤੋਂ ਚੱਲਦੀ ਹੈ, ਇਹ ਬਹੁਤ ਸਾਰੀਆਂ ਗੱਲਾਂ, ਉਹ ਤਾਂ ਕੋਈ ਫਰਕ ਨਹੀਂ। ਆਪਾਂ ਦੇਖਿਆ ਜੋ ਕੁਛ ਉੱਥੇ ਹੋਇਆ, ਉੱਥੇ ਤਾਂ ਮੈਨੂੰ ਲੱਗਦਾ ਸ਼ਰਦ ਪਵਾਰ ਦੀ ਜਿੱਤ ਹੋਈ ਹੈ ਬੇਸਿਕਲੀ। ਤੋ ਇਹ ਸਾਰੇ ਦਾ ਅਸਰ ਪੰਜਾਬ 'ਚ ਕਿਵੇਂ ਦੇਖਦੇ, ਇਹ ਮੈਂ ਤੁਹਾਨੂੰ ਸਵਾਲ ਕਰਨਾ ਇੱਕ ਫੋਨ ਕਾਲ ਲੈ ਕੇ। ਹੈਲੋ, ਵਾਡੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵਾਡੀਆ ਸਾਹਿਬ, ਬੇਨਤੀ ਇਹ ਆ ਜਿੱਥੇ ਸਾਨੂੰ ਮੰਦਰ ਮਸਜਿਦ ਗੁਰਦੁਆਰਿਆਂ ਦੀ ਜ਼ਰੂਰਤ ਆ, ਸਾਨੂੰ ਕੁੱਲੀ ਜੁੱਲੀ ਕੁੱਲੀ ਦੀ ਵੀ ਜ਼ਰੂਰਤ ਆ ਜੀ। ਜੀ ਕੌਣ ਸਾਹਿਬ ਬੋਲਦੇ ਹੋ ਜੀ? ਬਲਦੇਵ ਸਿੰਘ ਲੁਧਿਆਣਾ ਤੋਂ ਬੋਲਦਾ ਸਰ ਜੀ। ਸਾਡੇ ਬੱਚੇ ਤਾਂ ਬਾਹਰ ਜਾਈ ਜਾਂਦੇ ਆ, ਬੇਰੁਜ਼ਗਾਰੀ ਇੰਨੀ ਹੋ ਗਈ, ਉੱਥੋਂ ਹੀ ਕੁਛ ਨਾ ਤੇ ਹੁਣ ਜੀ ਸ਼ੁਕਰੀਆ, ਅੱਜ ਸਾਡਾ ਟੌਪਿਕ ਵੱਖਰਾ ਪਰ ਤੁਹਾਡੀ ਗੱਲ ਠੀਕ ਹੈ। ਸੋ ਸਿੱਧੂ ਸਾਹਿਬ ਜੋ ਸਵਾਲ ਕੀਤਾ ਸੀ, ਦੇਖੋ ਮੈਨੂੰ ਇਹ ਲੱਗਦਾ ਹੈ ਕਿ ਇੱਕ ਕੋਈ ਵੀ ਚੀਜ਼ ਜਿਹੜੀ ਹੈ ਜਿਸ ਤਰੀਕੇ ਨਾਲ ਚੜ੍ਹਦੀ ਹੈ ਉਸੇ ਤਰੀਕੇ ਨਾਲ ਥੱਲੇ ਜਾਂਦੀ ਹੈ ਜੀ। ਮੋਦੀ ਵਿਅਕਤੀ ਵਿਸ਼ੇਸ਼ ਬੀਜੇਪੀ ਅਤੇ ਦੂਸਰਾ ਇੱਕ ਹੋਰ ਉਹਦੇ ਨਾਲ ਜੁੜ ਗਿਆ ਹੈ, ਇਹ ਦੋਨੋਂ ਹੈਗੇ ਨੇ ਵਪਾਰੀ। ਇਹ ਹਰ ਚੀਜ਼ ਨੂੰ ਆਪਣੇ ਆਪਣੇ ਜਿਹੜੀ ਵਪਾਰ ਹੈ ਉਹਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਆ, ਰੂਲ ਕਰਨ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਦੇਖਦੇ। ਇਹ ਨਹੀਂ ਦੇਖਦੇ ਵੀ ਨੇਸ਼ਨ ਨੂੰ ਕੀ ਲੋੜ ਹੈ, ਇਹ ਜਿਹੜੀਆਂ ਇਹਨਾਂ ਦੀਆਂ ਇਨਕੈਪੇਬਿਲਿਟੀਜ਼ ਨੇ ਉਹਨਾਂ ਨੂੰ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਫਾਲਤੂ ਦੇ ਮੁੱਦੇ ਚੱਕ ਰਹੇ ਨੇ। ਔਰ ਕੀ ਹੋ ਰਿਹਾ, ਇਨਸਟੇਬਿਲਿਟੀ ਹੋ ਰਹੀ ਹੈ ਜੀ। ਜਿੰਨੀ ਇਨਸਟੇਬਿਲਿਟੀ ਹੋ ਰਹੀ ਹੈ, ਇਨਸਟੇਬਿਲਿਟੀ ਦਾ ਮਤਲਬ ਹੈ ਦੀ ਇਨਕਰੀਜ਼ ਇਨ ਇਨਸਿਕਿਉਰਿਟੀ। ਜਿਹੜੀ ਪ੍ਰੋਬਲਮ ਹੈ ਮੁਲਕ ਦੀ, ਖਾਸ ਤੌਰ 'ਤੇ ਪੰਜਾਬ ਦੀ, ਪੰਜਾਬ ਇਨਸਿਕਿਉਰ ਸਟੇਟ ਹੈ। ਉੱਧਰੋਂ ਭਾਵੇਂ ਪਾਕਿਸਤਾਨ ਕਹੀ ਜਾਂਦਾ ਹੈ ਕਿ ਇਹ ਮੋਦੀ ਸਾਡੇ 'ਤੇ ਹਮਲਾ ਕਰੂਗਾ, ਇਹ ਕਰ ਵੀ ਸਕਦਾ, ਕੁਛ ਵੀ ਹੋ ਸਕਦਾ ਹੈ ਜਿੰਨੀ ਦੇਰ ਤੱਕ ਇਹਦੇ ਕੋਲ ਪਾਵਰ ਹੈ, ਪਰ ਦਾਅ 'ਤੇ ਕੀ ਲੱਗਿਆ, ਦਾਅ 'ਤੇ ਲੱਗਿਆ ਪੰਜਾਬ। ਹੁਣ ਪੰਜਾਬ ਦੀ ਸਮੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਫੇਲ ਹੈ ਇਸ ਵੇਲੇ, ਅਕਾਲੀ ਰਿਵਾਈਵ ਹੋਣ ਦੀ ਕਗਾਰ 'ਤੇ ਨੇ, ਉਹਦੇ 'ਚ ਸ਼ੁਰੂ ਹੋਇਆ ਉਹਨਾਂ ਦਾ, ਕਦੇ ਹੋ ਜਾਂਦਾ ਕਦੇ ਫਿਰ ਦੋ ਕਦਮ ਅੱਗੇ ਤਿੰਨ ਕਦਮ ਪਿੱਛੇ ਜਾਂਦੇ ਨੇ। ਹੁਣ ਜਿਹੜਾ ਹਾਂ ਉਹ ਦੋ ਕਦਮ ਅੱਗੇ ਅਤੇ ਤਿੰਨ ਕਦਮ ਪਿੱਛੇ ਆ ਨਾ, ਉਹ ਮਾੜਾ ਮੋਟਾ ਇਕੱਠਾ ਇਕੱਠਾ ਕਰਕੇ ਅਤੇ ਅੱਗਾਂ ਨੂੰ ਆਉਂਦੇ ਨੇ, ਉਹ ਕੋਈ ਨਾ ਕੋਈ ਵਿੱਚੋਂ ਕੋਈ ਹੋਰ ਛਿੱਕ ਵੱਜ ਜਾਂਦੀ ਹੈ ਅਤੇ ਉਹਦੇ ਨਾਲ ਫਿਰ ਕੰਮ ਖਰਾਬ ਹੋ ਜਾਂਦਾ। ਹੁਣ ਬੀਜੇਪੀ ਪੰਜਾਬ ਦੇ ਵਿੱਚ ਜੋ ਜਿਸ ਤਰੀਕੇ ਨਾਲ ਉਹ ਚੱਲ ਰਹੇ ਸੀਗੇ, ਮੈਂ ਇੱਕ ਟੀ ਵੀ 'ਤੇ ਇੱਕ ਬੀਜੇਪੀ ਦੇ ਬੜੇ ਵੱਡੇ ਨੇਤਾ ਨੂੰ ਸੁਣ ਰਿਹਾ ਸੀਗਾ, ਉਹ ਕਹਿ ਰਿਹਾ ਸੀਗਾ ਕਿ ਬੀਜੇਪੀ ਦਾ ਲਕਸ਼ ਵੱਡਾ ਹੈ, ਵੱਡਾ ਹੀ ਹੁੰਦਾ, ਉਹ ਵੱਡੇ ਲਕਸ਼ਾਂ ਦੇ ਵਿੱਚ ਉਹ ਛੋਟੀਆਂ ਮੋਟੀਆਂ ਗੱਲਾਂ ਨੂੰ ਉਹਨਾਂ ਨੂੰ ਪ੍ਰਵਾਹ ਨਹੀਂ ਕਰਦੇ ਵੀ ਇਕੋਨਮੀ ਜਾ ਰਹੀ ਹੈ, ਯੂਸ ਬਾਹਰ ਤੁਰਿਆ ਜਾ ਰਿਹਾ, ਔਰ ਹਾਲਾਤ ਕਿੱਧਰ ਜਾ ਰਹੇ ਨੇ, ਜੀ ਐੱਸ ਟੀ ਨੇ ਕੰਮ ਖਰਾਬ ਕਰਤਾ, ਉਸ ਤੋਂ ਪਹਿਲਾਂ ਨੋਟਬੰਦੀ ਨੇ ਕੰਮ ਖਰਾਬ ਕਰਤਾ, ਉਸ ਤੋਂ ਪਹਿਲਾਂ 370 ਨੇ ਫਸਾ ਲਿਆ ਕੰਮ, ਹਰੇਕ ਚੀਜ਼ ਫਸਦੀ ਜਾ ਰਹੀ ਹੈ ਜੀ। ਅਤੇ ਉਸ ਫਸਣ ਦੇ ਵਿੱਚ ਜਿਹੜਾ ਸਭ ਤੋਂ ਵੱਧ ਨੁਕਸਾਨ ਹੋਣਾ ਉਹ ਪੰਜਾਬ ਦਾ ਹੋਣਾ ਜਦੋਂ ਵੀ ਇਹਨੇ ਕੋਈ ਐਕਸਟ੍ਰੀਮ ਸਟੈਪ ਲਿਆ ਜੀ। ਬਿਲਕੁਲ, ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਹੈ, ਇਹ 'ਤੇ ਆਪਾਂ ਚਰਚਾ ਜਾਰੀ ਰੱਖਾਂਗੇ। ਇੱਕ ਫੋਨ ਕਾਲ ਲੈ ਲਈਏ। ਹੈਲੋ 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 ਹਾਂਜੀ ਵਾਲੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਮੈਂ ਬਲਦੇਵ ਸਿੰਘ ਸਾਲਕੋ ਫੌਜੀ ਸਮਾਣਾ ਤੋਂ ਬੋਲ ਰਿਹਾ ਜੀ। ਜੀ ਬਲਦੇਵ ਸਿੰਘ ਜੀ, ਮੇਰਾ ਸਵਾਲ ਇਹ ਆ ਵੀ ਮਤਲਬ ਲੋਕ ਚੁਣ ਕੇ ਬਣਾਉਂਦੇ ਨੇ, MLA MP ਬਣਾਉਂਦੇ ਨੇ, ਪ੍ਰਧਾਨ ਮੰਤਰੀ ਬਣਾਉਂਦੇ ਨੇ ਜੀ, ਇਹਨਾਂ ਦਾ ਦਿਮਾਗ ਤਾਂ ਹੈ ਨੀ, ਅਸੀਂ ਕਿਹੜਾ ਮੁੱਦਾ ਕਿੱਥੇ ਯੂਜ਼ ਕਰਨਾ, ਕਿੱਥੇ ਅਸੀਂ ਕੀ ਕਰਨਾ, ਇਹਨਾਂ ਦਾ ਦਿਮਾਗ ਹੈ ਕੋਈ? ਦੇਖੋ ਗੱਲ ਇਹ ਹੈ ਕਿ ਇਹ ਤਾਂ ਹੁਣ ਜਿਹੜਾ ਤੁਹਾਡਾ ਸਵਾਲ ਹੈ, ਜਦੋਂ ਜਿਸ ਕਿਸਮ ਦੀ ਸਰਕਾਰ ਅਸੀਂ ਚੁਣਦੇ ਹਾਂ, ਅਸੀਂ ਚੁਣ ਕੇ ਭੇਜਦੇ ਹਾਂ ਨਾ, ਪਹਿਲੀ ਤਾਂ ਗੱਲ ਆਪਾਂ ਨੂੰ ਇਹ ਦੇਖ ਲੈਣੀ ਚਾਹੀਦੀ ਹੈ। ਬਹੁਤ ਸਾਰੇ ਜਦੋਂ ਸਾਡੇ ਦਰਸ਼ਕ ਇਸ ਤਰ੍ਹਾਂ ਸਵਾਲ ਕਰਦੇ ਨੇ ਤਾਂ ਉਦੋਂ ਅਸੀਂ ਕਹਿੰਦੇ ਹਾਂ ਕਿ ਜਿੰਨਾ ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ
ਉਹਨਾਂ ਦੀ ਚੋਣ ਵੀ ਅਸੀਂ ਕਰਦੇ ਹਾਂ ਅਤੇ ਅਸੀਂ ਜੇ ਚੁਣਨ ਵਾਲੇ ਅਸੀਂ ਤਾਂ ਜ਼ਿੰਮੇਵਾਰੀ ਉਨੀ ਕੁ ਸਾਡੀ ਵੀ ਬਣਦੀ ਹੈ, ਅਸੀਂ ਕਿਹੜੀ ਪਾਰਟੀ ਨੂੰ ਚੁਣਦੇ ਹਾਂ, ਕਿਹੜੇ ਬੰਦੇ ਨੂੰ ਚੁਣਦੇ ਹਾਂ। ਹਾਂ, ਇੰਨਾ ਕੁ ਜ਼ਰੂਰ ਹੈ ਸਾਡੇ ਚੁਣਨ ਤੋਂ ਬਾਅਦ ਉਹ ਕੀ ਕਰਦਾ ਹੈ ਉਹ ਉਹਦੀ ਜ਼ਿੰਮੇਵਾਰੀ ਹੈ, ਲੇਕਿਨ ਚੁਣਨ ਤੋਂ ਪਹਿਲਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਹ ਸਾਡੇ ਲਈ ਕੀ ਕਹਿੰਦਾ। ਸੋ ਇਹ ਗਿੱਲੇ ਸ਼ਿਕਵੇ ਚੱਲਦੇ ਰਹਿਣਗੇ। ਗੁਰਦੀਪ ਸਿੰਘ ਜੀ, ਗੱਲ ਜਿਹੜੀ ਹੈ ਉਹੀ ਸਵਾਲ ਉਹੀ, ਝਾਰਖੰਡ ਗਿਆ ਪੰਜਾਬ ਉਹ ਜਿੱਤਣਾ ਚਾਹੁੰਦੇ ਨੇ, ਆਪਣੇ ਦਮ 'ਤੇ ਜਿੱਤਣਾ ਚਾਹੁੰਦੇ ਨੇ। ਤੋ ਜੇ ਆਪਣੇ ਦਮ 'ਤੇ ਜਿਹੜੇ ਪੰਜਾਬ ਨੂੰ ਜਿੱਤਣਾ ਚਾਹੁੰਦੇ ਨੇ, ਜਿਹਦੇ 'ਚ ਜਿਹੜੇ ਬੰਦਿਆਂ ਨਾਲ ਉਹਨਾਂ ਦੀ ਦੋਸਤੀ ਹੈ, ਉਹਨਾਂ ਦਾ ਸਟੈਂਡ ਕੋਈ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਕਈ ਵਾਰੀ ਲੱਗਦਾ। ਉਹਨਾਂ ਨੇ ਤਾਂ ਜਿਹੜੇ ਨਾਗਰਿਕਤਾ ਸੋਧ ਕਾਨੂੰਨ 'ਤੇ ਹਰਸਿਮਰਤ ਕੌਰ ਅਤੇ ਹੋਰ ਬੰਦੇ ਕੁਛ ਹੋਰ ਕਹਿੰਦੇ ਨੇ ਕਿ ਉਹ ਕੈਬਨਿਟ 'ਚ ਫੈਸਲਾ ਕੀਤਾ, ਉਹਨਾਂ ਨੇ ਉਹ ਮੈਂਬਰ ਸੀ ਉੱਥੇ ਬੈਠੇ ਸੀ ਕੈਬਨਿਟ ਨੇ ਜਦੋਂ ਉਹਨੂੰ ਕਲੀਅਰ ਕੀਤਾ। ਅਤੇ ਉਹਨਾਂ ਦੇ ਪਤੀ ਦੇਵ ਕਹਿੰਦੇ ਨੇ ਕਿ ਇਹ ਠੀਕ ਨਹੀਂ, ਮੁਸਲਮਾਨਾਂ ਨੂੰ ਵਿੱਚ ਲੈ ਕੇ ਆਓ, ਕਦੇ ਯੂ ਟਰਨ ਲੈ ਲਈ, ਕਦੇ ਉੱਧਰ ਹੋ ਗਏ, ਉਹ ਕਲੀਅਰ ਨਹੀਂ। ਕਾਂਗਰਸ ਜਿਹੜੀ ਆ ਉਹਨੇ ਕੋਈ ਵਾਅਦੇ ਨਹੀਂ ਪੂਰੇ ਕੀਤੇ। ਲੱਗ ਕੀ ਰਿਹਾ ਤੁਹਾਨੂੰ ਕਿ ਪੰਜਾਬ 'ਤੇ ਕੋਈ ਜਿਹੜੇ ਉਹਨਾਂ ਦੇ ਸੁਪਨੇ ਸੀ ਪੂਰੇ ਹੋਣਗੇ? ਇਹ ਸਵਾਲ ਇੱਕ ਫੋਨ ਕਾਲ ਤੋਂ ਬਾਅਦ। ਹੈਲੋ, ਹੈਲੋ ਜੀ, ਹਾਂਜੀ ਹਾਂਜੀ, ਦੱਸੋ ਦੱਸੋ ਜੀ। ਮੇਰਾ ਖਿਆਲ ਹੈ ਕਿ ਆਪਾਂ ਗੱਲ ਹੀ ਕਰੀਏ ਕਿਉਂਕਿ ਟਾਈਮ ਬੜਾ ਘੱਟ ਹੁੰਦਾ ਸਾਡੇ ਕਾਲ। ਠੀਕ ਹੈ, ਯਾਨੀ ਕਿ ਜਦੋਂ ਜਿੱਤੇ ਸੀ ਇਲੈਕਸ਼ਨ ਜੀ, ਲਾਸਟ ਇਲੈਕਸ਼ਨ ਦੇ ਵਿੱਚ ਹੀ ਕਹਿਣਾ ਸ਼ੁਰੂ ਕਰਤਾ ਸੀ, ਜਦੋਂ ਅਕਾਲੀਆਂ ਦੀ ਹਾਰ ਹੋਈ ਪਲੱਸ ਬੀਜੇਪੀ ਨੂੰ 3 ਸੀਟਾਂ ਮਿਲੀਆਂ ਜੀ, ਉਹਨਾਂ ਨੇ ਇਹ ਆਸ ਸ਼ੁਰੂ ਕਰ ਦਿੱਤੀ ਕਿ ਅਸੀਂ 50 ਸੀਟਾਂ ਲੜਾਂਗੇ। ਉਹਨਾਂ ਨੇ ਡਿਮਾਂਡ ਇਹ ਸੀ ਪਾਰਲੀਮੈਂਟ ਤੋਂ ਬਾਅਦ, ਇਲੈਕਸ਼ਨ ਤੋਂ ਬਾਅਦ ਵੀ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਜੀ ਕਿ ਅਸੀਂ 50 ਸੀਟਾਂ ਲੜਾਂਗੇ। ਪਰ ਜੋ ਤੁਸੀਂ ਦੱਸ ਰਹੇ ਆਪ ਵੀ ਤੁਸੀਂ ਦੱਸਿਆ ਹੈਗਾ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹ ਇਹ ਤਾਂ ਅਕਾਲੀਆਂ ਨੂੰ ਉਹਨੂੰ ਕਾਊਂਟਰ ਨਹੀਂ ਕਰ ਸਕੇ। ਔਰ ਜਿਹੜੇ ਪ੍ਰੋਮਿਸ ਕੀਤੇ ਗਏ ਸੀ ਕਾਂਗਰਸ ਸਰਕਾਰ ਵੱਲੋਂ, ਕਾਂਗਰਸ ਪਾਰਟੀ ਵੱਲੋਂ ਸਰਕਾਰ ਬਣੀ, ਉਹ ਅੱਜ ਤੱਕ 3 ਸਾਲਾਂ ਦੇ ਵਿੱਚ ਉਹਨਾਂ ਨੇ ਕਿਸੇ ਕਿਸਮ ਦਾ ਵੀ ਪੂਰਾ ਨਹੀਂ ਕੀਤਾ ਹੈਗਾ। ਲੋਕ ਜਿਹੜੇ ਹੈ ਕਾਂਗਰਸ ਦੇ ਅਗੇਂਸਟ ਹੋ ਚੁੱਕੇ ਹੈ, ਅਕਾਲੀਆਂ ਦੇ ਪਹਿਲਾਂ ਹੀ ਅਗੇਂਸਟ ਹੋ ਚੁੱਕੇ ਸੀ ਲਾਸਟ ਇਲੈਕਸ਼ਨ ਦੇ ਵਿੱਚ, ਅਜੇ ਤੱਕ ਰਿਵਾਈਵ ਕਰਨ ਦੀ ਪੋਜੀਸ਼ਨ 'ਚ ਨਹੀਂ ਬਣੇ। ਇਸ ਕਰਕੇ ਅਕਾਲੀ ਦਲ ਜਿਹੜਾ ਹੈ ਪਲੱਸ ਕਾਂਗਰਸ, ਉਹਦੇ 'ਤੇ ਲੋਕਾਂ ਦੇ ਵੋਟਰ ਤਾਂ ਉੱਠ ਚੁੱਕੇ ਹੈਗੇ ਆ। ਔਰ ਬੀਜੇਪੀ ਇਸ ਨੇ ਮੈਂ ਦੱਸ ਰਿਹਾ ਸੀਗਾ 23 ਸੀਟਾਂ 'ਤੇ ਇਲੈਕਸ਼ਨ ਲੜਦੀ ਸੀ ਪਲੱਸ ਅਕਾਲੀ ਦਲ ਦੇ ਨਾਲ ਲੜਦੀ ਸੀ, ਜਿਹੜੇ ਤੁਸੀਂ ਕਰਦੇ ਹੋ ਹੁਣ ਸਟੇਟਮੈਂਟਸ ਵਾਲੀ ਗੱਲ ਹੈ। ਪਰ ਵੋਟਰਸ ਜਿਹੜਾ ਆਪਣਾ 13,006 ਪਿੰਡ ਹੈਗੇ ਆ, ਪਾਰਟੀ ਫੈਕਸ਼ਨ 'ਚ ਵੱਜਾ ਹੋਇਆ ਕਾਂਗਰਸ ਨੇ ਅਕਾਲੀ ਦੇ ਵਿੱਚ। ਜਦੋਂ ਵੀ ਪਿੱਛੇ ਆਪਾਂ ਹਿਸਟਰੀ ਦੇਖਦੇ ਹਾਂ 1-2% ਦਾ ਇਹਨਾਂ ਦਾ ਆਪਸੇ ਵੋਟ ਸ਼ੇਅਰ ਦਾ ਫਰਕ ਪੈਂਦਾ ਸੀ। ਜਿਹੜੀ ਵਿੱਚ ਆਪ ਪਾਰਟੀ ਆਈ 2017 ਦੇ ਵਿੱਚ, ਉਹਨੇ ਜ਼ਰੂਰ ਜਿੰਨੀ ਕਿ ਰੋਪੜ, ਫਤਿਹਗੜ੍ਹ ਸਾਹਿਬ, ਸੰਗਰੂਰ ਡਿਸਟ੍ਰਿਕਟ, ਬਠਿੰਡੇ ਦੀਆਂ ਸੀਟਾਂ ਕੁਝ ਹਾਸਲ ਕੀਤੀਆਂ। ਜਿਹੜੀਆਂ 69 ਸੀਟਾਂ ਆਪਣੀਆਂ ਮਾਲਵੇ ਦੀਆਂ ਹੈ, ਉਹਦੇ ਵਿੱਚ ਮੇਜਰ ਜਿਹੜਾ ਰੋਲ ਸੀ ਆਪ ਪਾਰਟੀ ਉਹਦੇ ਜਿੱਤ ਕੇ ਲੈ ਗਈ। 23 ਸੀਟਾਂ ਦੁਆਬੇ ਦੀਆਂ ਹੋ ਗਈਆਂ ਪਲੱਸ 25 ਸੀਟਸ ਜਿਹੜੀਆਂ ਹੈਗੀਆਂ ਤੁਹਾਡੀਆਂ ਮਾਝਾ ਏਰੀਆ ਦੀਆਂ। ਉਹ ਮਾਝਾ ਜਿਹੜਾ ਹਮੇਸ਼ਾ ਇਨਕੰਬੀਨੀਅੰਸੀ ਐਂਟੀ ਜਿਹੜਾ ਹੈਗਾ ਗਵਰਨਮੈਂਟ ਦੇ ਅਗੇਂਸਟ ਭੁਗਤਦਾ ਹੈਗਾ, ਜੋ ਆਪਾਂ ਨੂੰ ਲੱਗਦਾ ਹੈਗਾ, ਜੋ ਆਪਾਂ ਦੇਖਦੇ ਹਾਂ ਪਿੱਛੇ ਟ੍ਰੈਂਡ ਸੀਗਾ। ਔਰ ਇਕੱਲੀ ਬੀਜੇਪੀ ਤਾਂ ਜਿੱਤ ਨਹੀਂ ਸਕਦੀ, ਹੁਣ ਜਿਹੜਾ ਨਵਾਂ ਟ੍ਰੈਂਡ ਬਣ ਰਿਹਾ ਸੀ ਨਵਾਂ ਡੀਪੀਸੀ ਇਲੈਕਸ਼ਨ ਤੋਂ ਬਾਅਦ ਆਏ ਜਿਹੜਾ ਸਵਾਲ ਉਹਦੇ 'ਚ ਆਈ ਆਪਾਂ, ਸਵਾਲ ਇਹ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਹ ਸੁਪਨਾ ਸੀ ਉਸ ਤੋਂ ਪਹਿਲਾਂ, ਪੰਜਾਬ ਤੋਂ ਪਹਿਲਾਂ ਅਜੇ ਵੈਸਟ ਬੰਗਾਲ ਦੀ ਆਉਣੀ ਹੈ, ਆਸਾਮ ਦੀ ਆਉਣੀ, ਦਿੱਲੀ ਇਲੈਕਸ਼ਨ ਆਉਣੀ ਹੈ। ਜੋ ਟ੍ਰੈਂਡ ਚੱਲ ਰਿਹਾ ਵੋਟਰ ਦਾ, ਜਿਹੜੀ ਆਪਣਾ ਸੋਚਦੇ ਸੀ ਬੀਜੇਪੀ ਵਾਲੀ, ਮੇਰਾ ਨਹੀਂ ਖਿਆਲ ਉੱਥੇ ਵੀ ਹੋਵੇ। ਜਿਹੜੇ ਉਹਨਾਂ ਨੇ ਐਕਟ ਬਣਾਏ 370 ਵਾਲਾ ਆਰਟੀਕਲ ਲਿਆਂਦਾ ਪਲੱਸ ਜਿਹੜਾ ਹੁਣ ਰੀਸੈਂਟਲੀ ਲਿਆਂਦਾ ਇਹ ਆਪਣੇ ਰਜਿਸਟ੍ਰੇਸ਼ਨ ਵਾਲਾ ਐਕਟ ਸੀਗਾ, ਪਲੱਸ ਸਿਟੀਜ਼ਨਸ਼ਿਪ ਵਾਲਾ ਸੀ, ਇਹ ਬਣਾਤਾ ਬਿੱਲ ਲਿਆਂਦਾ। ਉਹਦਾ ਹੁਣ ਝਾਰਖੰਡ 'ਚ ਫਾਇਦਾ ਨਹੀਂ ਹੋਇਆ ਜੀ, ਉਹ 370 ਵਾਲਾ 'ਚ ਮਹਾਰਾਸ਼ਟਰ 'ਚ ਫਾਇਦਾ ਨਹੀਂ ਹੋਇਆ, ਹਰਿਆਣੇ 'ਚ ਫਾਇਦਾ ਨਹੀਂ ਹੋਇਆ, ਹੁਣ ਗਾਂਹ ਕੀ ਸਟੇਟ ਜੀ ਬਣਾਉਂਦੇ ਹੈਗੇ ਆ। ਪਰ ਇਕੱਲੀ ਕਦੇ ਵੀ ਬੀਜੇਪੀ ਜਿਹੜੀ ਹੈਗੀ ਹੈ ਪੰਜਾਬ ਜਿੱਤਣ ਦੇ ਕਾਬਲ ਨਹੀਂ ਹੈ, ਕਿਸੇ ਨਾ ਕਿਸੇ ਨੇ ਅਲਾਇੰਸ ਕਰਨਾ ਪਏਗਾ। ਉਹ ਕਿਹੜੇ ਨਵੇਂ ਗਰੁੱਪ ਨਾਲ ਕਰਦਾ, ਥਰਡ ਫਰੰਟ ਨਾਲ ਕਰਦੇ ਹੈਗੇ, ਅਕਾਲੀਆਂ ਨੂੰ ਛੱਡਦੇ ਹੈਗੇ, ਜਾਂ ਕਾਂਗਰਸ ਨਾਲ ਕਰਦੇ ਵੇਖਣਾ। ਪਰ ਕਾਂਗਰਸ ਦਾ ਤਾਂ ਇਹਨਾਂ ਦਾ ਬਣ ਨਹੀਂ ਸਕਦਾ, ਪਰ ਇਕੱਲਿਆਂ ਦਾ ਨਹੀਂ ਬਣੇਗਾ। ਜਾਂਦੇ ਜਾਂਦੇ ਡਾਕਟਰ ਕਰਮਜੀਤ ਸਿੱਧੂ ਸਾਹਿਬ, ਜਿਹੜੀ ਗੱਲ ਇਹਨਾਂ ਨੇ ਕੀਤੀ ਕਿ ਆਹ ਜਿਹੜੇ ਹੁਣ ਇਹਨਾਂ ਨੇ ਕਾਨੂੰਨ ਬਣਾਏ ਨੇ, ਇਹ ਚਾਹੇ ਉਹ ਰਜਿਸਟ੍ਰੇਸ਼ਨ ਵਾਲਾ ਆਸਾਮ ਵਾਲਾ ਜਿਹੜਾ ਅਮਿਤ ਸ਼ਾਹ ਕਹਿੰਦੇ ਸਾਰੇ ਦੇਸ਼ 'ਤੇ ਲਾਗੂ ਕਰਾਂਗੇ, ਅਤੇ ਚਾਹੇ ਜਿਹੜਾ ਅਮੈਂਡਮੈਂਟ ਜਿਹੜੀ ਹੈ ਇਹਨਾਂ ਨੇ ਕੀਤੀ ਹੈ ਨਾਗਰਿਕਤਾ ਕਾਨੂੰਨ 'ਚ, ਇਹ ਆਉਣ ਵਾਲੀਆਂ ਇਲੈਕਸ਼ਨ 'ਚ ਇਹਦੇ ਇਹਨੂੰ ਇਸ਼ੂ ਬਣਾ ਕੇ ਲੜਨਗੇ? ਮੈਨੂੰ ਲੱਗਦਾ ਇਹ ਗੱਲ ਬਣਨੀ ਨਹੀਂ, ਕਿਉਂਕਿ ਮੋਦੀ ਨੂੰ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੱਡਣਾ ਪੈਣਾ, ਤਾਜ਼ਾ ਤਾਜ਼ਾ ਜਿਹੜਾ ਛੱਡਿਆ ਹੋਵੇ, ਜਿਹਦੇ 'ਤੇ ਉਹ ਆਪਣੀ ਉਹ ਹੁਣ ਦੇਖੋ ਇੱਕ ਚੀਜ਼ ਤਾਂ ਹੈਗੀ ਆ, ਉਹ ਕਹਿੰਦਾ ਲਕਸ਼ ਵੱਡਾ ਹੋਣਾ ਚਾਹੀਦਾ, ਪਰ ਉਹਦੇ ਵਾਸਤੇ ਸਟ੍ਰੈਟਜੀ ਵੀ ਉਨੀ ਵੱਡੀ ਬਣਾਉਣੀ ਪੈਂਦੀ ਆ, ਉਨਾ ਹੀ ਦਿਮਾਗ ਲਾਉਣਾ ਪੈਂਦਾ। ਇਹ ਨਹੀਂ ਵੀ ਜੇ ਯੂਥ ਨੌਕਰੀ ਮੰਗੇ ਤੇ ਉਹਨੂੰ ਕਹਿੰਦੇ ਪਕੌੜਿਆਂ ਦੀ ਦੁਕਾਨ ਖੋਲ ਲਾ, ਯੂਥ ਤਾਂ ਸਾਰਾ ਤੁਸੀਂ ਬਾਹਰ ਕੱਢਤਾ, ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ।
ਜਿਹੜਾ ਜਿਹੜਾ ਇੱਥੇ ਰਹਿ ਗਿਆ ਉਹ ਉਹਦੀ ਕੀ ਟੈਂਪਰਾਮੈਂਟ ਆ ਉਹਨੂੰ ਕਿਸ ਤਰੀਕੇ ਨਾਲ ਇਹ ਐਕਸਪਲੋਇਟ ਕਰ ਸਕਣਗੇ, ਕਿਉਂਕਿ ਦੋਨੇ ਪੰਜਾਬ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਕਾਂਗਰਸ ਔਰ ਉਹ ਹਾਲਾਤ ਉਹਨਾਂ ਦੇ ਮਾੜੇ ਨੇ, ਪਰ ਫਿਰ ਵੀ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ, ਪੜ੍ਹੇ ਲਿਖੇ ਨੇ, ਮੈਚਿਓਰ ਨੇ ਕੰਪੈਰੇਟਿਵਲੀ। ਜੇ ਇਹ ਜਿਹੜੀਆਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਜਿਹੜੀਆਂ ਪ੍ਰੀਡੋਮੀਨੈਂਟਲੀ ਹਿੰਦੂ ਸਟੇਟ ਨੇ, ਜੇ ਉਹਨਾਂ 'ਚ ਨਹੀਂ ਇਹ ਕੁਛ ਕਰ ਸਕੇ ਤਾਂ ਪੰਜਾਬ 'ਚ ਕੁਛ ਨਹੀਂ ਕਰ ਸਕਣੇ ਮੇਰੇ ਹਿਸਾਬ ਨਾਲ, ਇਹਨਾਂ ਦਾ ਕੁਛ ਨਹੀਂ ਵੱਟੀਦਾ। ਫੋਰ ਵਾਲਾ ਹੋਏਗਾ ਨਹੀਂ, ਹੁਣ ਉਸ ਹਿਸਾਬ ਨਾਲ ਚੱਲਣਾ ਹੈ, ਜਿਹੜੇ ਸਟੇਟਸ ਦੇ ਵਿੱਚ ਮਿਨਿਸਟਰੀ ਬਣ ਜਾਏਗੀ ਉੱਥੇ ਫਿਰ ਐਂਟੀ ਇਨਕਮਿਊਨਿਸਟੀ ਵੋਟ ਹੋਏਗਾ, ਉਹ ਦੂਜੀ ਪਾਰਟੀ ਨੂੰ ਪਏਗਾ ਜਿਹੜੀ ਹਾਲੇ ਸੈਂਟਰ 'ਚ ਰੂਲ ਕਰ ਲਈ ਹੈ ਬੀਜੇਪੀ। ਜੀ ਗੁਰਦੀਪ ਸਿੰਘ ਸਹਿਜ ਦੀ ਛੱਡ ਕੇ ਪੈਸੇ ਦੀ ਪੈ ਗਈ। ਬਿਲਕੁਲ ਜੀ, ਪਹਿਲੇ ਦਰਸ਼ਕ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ, ਝਾਰਖੰਡ ਨੇ ਸਾਨੂੰ ਇੱਕ ਇਸ਼ਾਰਾ ਤਾਂ ਕਰਤਾ ਕਿ ਹੁਣ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸਾਡਾ ਅੱਜ ਦਾ ਟਾਈਟਲ ਹੈ ਕਿ ਜਿਹੜਾ ਵਿਜੇ ਰੱਥ ਲੈ ਕੇ ਚੱਲੇ ਸੀ ਉਹ ਥਾਂ ਥਾਂ 'ਤੇ ਰੁਕ ਰਿਹਾ, ਲੇਕਿਨ ਝਾਰਖੰਡ 'ਚ ਜਾ ਕੇ ਚੰਗੀ ਤਰ੍ਹਾਂ ਰੁਕ ਗਿਆ, ਔਰ ਉਹਨਾਂ ਦੇ ਘੋੜੇ ਜਿਹੜੇ ਨੇ ਉੱਥੇ ਪੈਰ ਜਿਹੜਾ ਰੱਖ ਕੇ ਖੜ ਗਏ ਨੇ, ਅਤੇ ਹੁਣ ਉਹ ਕਿੱਧਰ ਨੂੰ ਜਾਂਦੇ ਨੇ ਇਹ ਤਾਂ ਸਮਾਂ ਦੱਸੂਗਾ। ਪਰ ਇੱਕ ਗੱਲ ਬੜੀ ਸਪਸ਼ਟ ਹੈ, ਜਿਹੜੇ ਸਾਡੇ ਅੱਜ ਦੇ ਪੈਨਲਿਸਟ ਵੀ ਕਹਿ ਰਹੇ ਨੇ ਕਿ ਮੋਦੀ ਸਾਹਿਬ ਨੂੰ ਕੋਈ ਨਵਾਂ ਮੁੱਦਾ ਲੱਭਣਾ ਪਊਗਾ, ਹਾਲ ਦੀ ਘੜੀ ਇਹ ਮੁੱਦਾ ਨਾ ਉੱਥੇ ਚੱਲਿਆ ਨਾ ਆਉਣ ਵਾਲੇ ਟਾਈਮ 'ਚ ਸ਼ਾਇਦ ਪੰਜਾਬ 'ਚ ਨਾ ਚੱਲੇ। ਇਹ ਬਹੁਤ ਸਾਰੇ ਸਵਾਲ ਨੇ ਅਤੇ ਇਹ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਜਿਨ੍ਹਾਂ 'ਤੇ ਲਗਾਤਾਰ ਚਰਚਾ ਹੋਣੀ ਚਾਹੀਦੀ ਹੈ ਅਤੇ ਹੁੰਦੀ ਵੀ ਰਹੇਗੀ। ਅੱਜ ਇੰਨਾ ਹੀ, ਸਰਦਾਰ ਗੁਰਦੀਪ ਸਿੰਘ ਜੀ ਔਰ ਸਿੱਧੂ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ ਬਹੁਤ ਧੰਨਵਾਦ।